ਡਾਕਟਰ ਸਾਹਿਬ ਪੰਜਾਬ ਸਰਕਾਰ ਨੇ ਅੱਜ ਬਜਟ ਪੇਸ਼ ਕੀਤਾ ਕੀ ਕਹਿਣਾ ਚਾਹੁੰਦੇ ਹੋ ਬਈ ਇਹ ਤੇ ਲਾਚਾਰ ਬਜਟ ਹੈ ਮਜਬੂਰ ਬਜਟ ਹੈ ਕਿਤਨਾ ਕਿਤੇ ਫਾਈਨਾਂਸ ਮਿਨਿਸਟਰ ਸਾਹਿਬ ਦੀ ਮਜਬੂਰੀ ਝਲਕਦੀ ਨਜ਼ਰ ਆ ਰਹੀ ਸੀ ਇਹਦੇ ਵਿੱਚ ਨਾ ਤਾਂ ਕੋਈ ਇੰਡਸਟਰੀ ਨੂੰ ਫਾਇਦਾ ਹੈ ਨਾ ਕੋਈ ਦਲਿਤਾਂ ਨੂੰ ਫਾਇਦਾ ਹੈ ਨਾ ਕੋਈ ਮੁਫਤ ਬਿਜਲੀ ਵਾਲਾ ਕਾਰੋਬਾਰ ਹੈ ਨਾ ਕੋਈ ਭੈਣਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾ ਸਕਦਾ ਹੈ ਔਰ GST ਜਿਹੜਾ ਆ ਉਹ 14,000 ਕਰੋੜ ਰੁਪਈਆ ਇਸ ਜੁਲਾਈ ਤੋਂ ਬਾਅਦ ਇਹਨਾਂ ਨੂੰ ਮਿਲਣਾ ਨਹੀਂ ਔਰ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਆਮਦਨ ਦੇ ਸਾਧਨ ਬਣਨਗੇ ਵਧਣਗੇ ਮੈਂ ਸਮਝਣਾ ਕੋਈ ਵਧਣ ਦਾ ਕੋਈ ਚਾਂਸ ਮੈਨੂੰ ਲੱਗਦਾ ਨਹੀਂ ਇਸ ਲਈ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਨਹੀਂ ਬੋਲਣਗੇ ਅੱਗੇ ਝੂਠ ਬੋਲ ਕੇ ਸਰਕਾਰ ਤੁਸੀਂ ਬਣਾ ਲਈ ਹੈ ਉਹਦਾ ਨਤੀਜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਇਹ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਸੰਗਰੂਰ ਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਘਰ ਦੇ ਵਿੱਚੋਂ ਬੇਇੱਜ਼ਤ ਹੋ ਕੇ ਬਾਹਰ ਆਏ ਹੈ ਤੇ ਮੈਂ ਸਮਝਣਾ ਹੋਰ ਝੂਠ ਲੋਕੀ ਬਰਦਾਸ਼ਤ ਨਹੀਂ ਕਰਨਗੇ ਲੋਕਾਂ ਨਾਲ ਸੱਚ ਬੋਲਣਾ ਚਾਹੀਦਾ ਹੈ ਔਰ ਇਹ ਜਿਹੜਾ ਬਜਟ ਹੈ ਮਜਬੂਰ ਬਜਟ ਹੈ ਇਹ ਮਜਬੂਰੀ ਝਲਕਦੀ ਹੈ ਇਹ ਬਜਟ ਫੇਲ ਬਜਟ ਹੈ ਇਹਦੇ ਨਾਲ ਕਿਸੇ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ।